ਚੰਗਾ ਮੰਮੀ ਫਿਰ ਮੈਂ ਜਾਣੀ ਆ। ਵੈਸ਼ ਦੇਣ ਕੇ ਕਿਹੜਾ ਹੁਣ ਡਈ ਏ ਤੂੰ, ਮੈਨੂੰ ਦੱਸ ਤੇ ਸਹੀ ਹੋਇਆ ਕੀ ਆ। ਮੈਂ ਨੀ ਮੰਮੀ ਇੱਥੇ ਰਹਿਣਾ, ਮੈਂ ਚੱਲੀ ਆ ਆਪਣੇ ਘਰ। ਤੇਰੇ ਕੋਲ ਗਲਤੀ ਹੋ ਗਈ, ਤੂੰ ਉਹਦੇ ਉਦੋਂ ਮਾਰਦੀਆਂ। ਮੰਮੀ ਮੈਂ ਵੀ ਸੋਚਿਆ ਚੱਲ ਕਿਵੇਂ ਹੱਥ ਚੁੱਕਣਾ ਵਾ, ਪਰ ਉਹਨਾਂ ਨੂੰ ਇੰਨਾ ਸ਼ਰਮਾ ਹੀ ਮੇਰੇ ਤੇ ਹੱਥ ਚੁੱਕਣ ਲੱਗਿਆ। ਨਹੀਂ ਮੰਮੀ ਕੋਈ ਲੋੜ ਨਹੀਂ ਮਾਫ਼ੀ ਮੰਗਣ ਦੀ, ਨਾਲੇ ਮੈਂ ਇਹਨਾਂ ਵਰਗੀ ਥੋੜ੍ਹੀ ਹਾਂ ਕਿ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰ ਲਾ ਅਤੇ ਇਹਨਾਂ ਤੋਂ ਮਾਫ਼ੀਆਂ ਮੰਗਾ ਦਿੱਤੀਆਂ। ਮੈਂ ਤੈਨੂੰ ਸਮਝਾਇਆ ਸੀ ਨਾ ਕਿ ਨਾ ਜਿਹੜੀ ਚਲਾਕ ਬਰੀ ਹੈ, ਤੂੰ ਹੀ ਕਹਿੰਦੀ ਹੁੰਦੀ ਹੈ ਇਹ ਤਾਂ ਚੰਗੀ ਬਰੀ ਹੈ, ਹੁਣ ਲੱਗ ਗਿਆ ਨਾ ਤੈਨੂੰ ਵੀ ਪਤਾ। ਜਾਓ ਫਿਰ ਜਾਣਾ ਜੇ, ਸਾਰਾ ਮੂਡ ਖਰਾਬ ਕਰਕੇ ਰਾਤ ਤੱਕ ਤੁਹਾਡੇ ਦੇ ਕੰਮ ਹੀ ਨਹੀਂ ਨਿਬੜਦੇ, ਕਦੀ ਪੈਲੀ ਦਾ ਨਹੀਂ ਨਿਬੜਦਾ, ਕਦੀ ਡੰਗਰਾਂ ਦਾ ਨਹੀਂ ਨਿਬੜਦਾ। ਇੱਥੇ ਕਦੀ ਜਾਣਾ, ਉੱਥੇ ਤੇ ਜਾਣਾ ਪੈਣਾ ਹੀ ਆ, ਤੇ ਮੈਂ ਚੱਲੇ ਹੀ ਹਾਂ। ਜਾਓ ਜਾਓ, ਲੇਟ ਨਾ ਹੋ ਜਾਓ, ਜ਼ਰੂਰੀ ਹੈ ਇਹ ਕੰਮ। ਆਹ ਸਬਜ਼ੀ ਨਹੀਂ ਮੈਂ ਖਾਣੀ ਹੈਗੀ, ਕੱਲ੍ਹ ਦੀ ਤੁਸੀਂ ਬਣਾਈ ਇੱਕੋ ਸਬਜ਼ੀ ਖਵਾਈ ਜਾਣਦੇ, ਮੇਰਾ ਨਹੀਂ ਦਿਲ ਕਰਨਾ ਸਬਜ਼ੀ ਖਾਣ ਦਾ। ਅਰੇ ਨਾ ਵੇ ਇਹਦੀ ਖਾ ਸਬਜ਼ੀ ਬਣਾਈਏ। ਹੁਣ ਕੀ ਫਿਰ ਕਰਨਾ, ਹੁਣ ਤਾਂ ਸਿਆਪਾ ਕਰਨਾ ਹੀ ਪੈਣਾ। ਘਰਾਂ 'ਚ ਤਾਂ ਦੀਦੀ ਇੱਦਾਂ ਹੋ ਜਾਂਦਾ ਵਾ, ਦੋ ਟਾਈਮ 'ਤੇ ਸਬਜ਼ੀ ਖਾਧੀ ਜਾਂਦੀ ਹੈ, ਘਰ ਭਾਵੇਂ ਤਿੰਨ ਤਿੰਨ ਵਾਰੀ ਉਹ ਖਾਂਦੀ ਹੋਏ।